ਜੇਲਾਂ 'ਚ ਆਲੂ ਵਾਲੇ ਤੇ ਮੂਲੀ ਵਾਲੇ ਪਰਾਠੇ ਵੀ ਮਿਲਣਗੇ। ਦਫਾ 144 ਲਾ ਦਿੱਤੀ ਜੇ ਤੁਹਾਡਾ ਭਰਾ ਆਪ ਆਏਗਾ ਤੁਹਾਨੂੰ ਪਰੌਠੇ ਦੇਣ। ਉਹ ਸਰਕਾਰ ਅੱਜ ਬੋਧੇ ਤੇ ਅੱਜ ਜੇਲ੍ਹ ਭਰੋ ਤਹਿਰੀਕ ਦਾ ਇਫਤਤਾਹ ਹੈ ਤੇ ਮੈਂ ਸੋਚਿਆ ਕਿ ਮੈਂ ਆਪਣੇ ਯੂਥੀਏ ਬੇਲੀਆਂ ਨੂੰ ਜਿਹੜੇ ਮੇਰੇ ਬੇਲੀ ਵੀ ਨੇ ਬੇਤਾਸ਼ਾ ਨੇ ਉਹਨਾਂ ਨੂੰ ਕਹਿ ਦਾਂ ਕਿ ਪਰੌਠੇ ਪਰੂਠੇ ਪਹੁੰਚਾਣੇ ਹੋ ਜੇਲ੍ਹ 'ਚ ਮੈਨੂੰ ਦੱਸਣਾ ਤੁਹਾਡਾ ਭਰਾ ਬਕਲਮ ਖੁਦ ਲੈ ਕੇ ਆਏਗਾ ਪੁਦੀਨੇ ਵਾਲੀ ਚਟਨੀ ਕਿ ਦਹੀਂ ਦੇ ਨਾਲ ਆਲੂ ਵਾਲੇ ਪਰੌਠੇ ਜਾਂ ਮੂਲੀ ਵਾਲੇ ਪਰੌਠੇ ਕਿਉਂਕਿ ਤੁਸੀਂ ਤੇ ਐ ਵੀ ਵੇਲਿਆਂ ਵਾਂਗਰ ਉੱਥੇ ਬੈਠੇ ਰਹਿਣਾ ਨਾ ਤੁਹਾਡੇ ਕੋਲ ਕੰਮ ਕਾਜ ਨਾ ਕੋਈ ਲੈਣ ਦੇਣ। ਉਹ ਸਵੇਰੇ ਸਵੇਰੇ ਸ਼ਾਹ ਮਹਿਮੂਦ ਕੁਰੈਸ਼ੀ ਕਹਿੰਦਾ ਅੱਜ ਮੈਂ ਆਪਣੇ 200 ਕਾਰਕਨ ਨਾਲ ਜੇਲ੍ਹ 'ਚ ਜਾਵਾਂਗਾ। ਓਏ ਤੂੰ ਤੇ ਅਮੀਰ ਕਬੀਰ ਇਨਸਾਨ ਹੈ, ਤੇਰੇ ਅੱਗੇ ਪਿੱਛੇ ਕਮਾਨ ਵਾਲੇ ਬੇਤਾਸ਼ਾ, ਤੈਨੂੰ ਰੋਟੀ ਦੇਣ ਵਾਲੇ ਬੇਤਾਸ਼ਾ, ਉਹ ਜਿਹੜਾ 200 ਬੰਦਾ ਲਿਜਾਏਗਾ ਕਿੰਨੇ ਦਿਨ ਉਹਦਾ ਚੁੱਲ੍ਹਾ ਗਰਮ ਰੱਖ ਲੇਗਾ ਉਹਨਾਂ ਸਾਰਿਆਂ ਦਾ। ਮੈਂ ਉਹਨਾਂ ਦੇ ਬਾਲ ਨੇ, ਬੱਚੇ ਨੇ, ਬੱਚਿਆਂ ਨੇ ਸਕੂਲੇ ਜਾਣਾ ਹੁੰਦਾ, ਕੋਈ ਬੀਵੀ ਹੈ, ਕੋਈ ਬੀਵੀ ਦੇ ਹਕੂਕ ਨੇ, ਕੋਈ ਤਹਫੁਜ਼ਾਤ ਨੇ, ਕੋਈ ਘਰ ਬਾਰ ਹੈ, ਐਵੇਂ ਹੀ 200 ਬੰਦਾ ਜੇਲ੍ਹ 'ਚ ਲੈ ਕੇ ਜਾਏਗਾ ਤੂੰ। ਅਜੀਬ ਬਕਵਾਸ ਹਰਕਤ ਹੈ। ਉੱਤੋਂ ਹੋਰ ਮਜ਼ੇਦਾਰੇ ਵਾਲੀ ਗੱਲ ਕਿ ਇਹਨਾਂ ਨੇ ਦਫਾ 144 ਲਾ ਦਿੱਤੀ ਹੈ। ਐਡੀ ਕੁ ਪਾਗਲ ਹੋ ਗਈ ਹੈ ਸਰਕਾਰ ਐ ਸ਼ਬਾਜ਼ ਸ਼ਰੀਫ ਵਾਲੀ, ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕੀ ਕਰਨਾ ਹੈ। ਉਹ ਤੁਹਾਨੂੰ ਤੇ ਚਾਹੀਦਾ ਸੀ ਕਿ ਕੋਈ ਦਫਾ ਨਾ ਲਾਓ, ਉਹ ਹੈ ਉਹ ਤੇ ਚਾਹੁੰਦੇ ਨੇ ਦਫਾ 144 ਲੱਗੇ ਸੀ ਜੇਲ੍ਹਾਂ 'ਚ ਜਾਈਏ। ਉਹ ਤੁਹਾਡਾ ਕੰਮ ਸੀ ਕਿ ਤੁਸੀਂ ਇਹਨਾਂ ਨੂੰ ਆਉਣ ਦਿਓ, ਖਲੋਤੇ ਰਹਿਣ, ਮਰਦੇ ਰਹਿਣ, ਗਲਦੇ ਰਹਿਣ, ਸੜਦੇ ਰਹਿਣ ਸੜਕਾਂ 'ਤੇ, ਤੁਸੀਂ ਜ਼ਰੂਰ ਇਹਨਾਂ ਨੂੰ ਫੜਨਾ ਹੈ। ਲੇਕਿਨ ਨਹੀਂ, ਦਫਾ 144 ਲਾ ਦਿੱਤੀ ਕਿ ਇਹਨਾਂ ਨੂੰ ਫੜਨਾ। ਉਹ ਕੋਈ ਦਿਮਾਗ ਵੀ ਇਸਤੇਮਾਲ ਕਰ ਲਿਆ ਕਰੋ ਯਾਰ, ਬਸ ਕਰ ਦਿਓ। ਰਾਣਾ ਸਨਾਉਲਾ ਸਾਹਿਬ ਕਿਹੜੇ ਪਾਸੇ ਟੁਰ ਪਏ ਹੋ, ਕੋਈ ਅਕਲ ਦੇ ਨਾਖਨ ਲਓ, ਤੁਸੀਂ ਤਾਂ ਉਂਝ ਹੀ ਬੁਖਲਾ ਗਏ ਹੋ ਸਾਰੇ।